ਦਾ ਕੰਮ ਤੱਕ ਮਤਲਬ ਹੋਣਾ ਕਿ ਗੋਹਾ ਚੱਕ ਕੇ ਸੁੱਟ ਦੇ ਕੰਮ ਨੂੰ ਕੋਈ ਨਹੀਂ ਅਸੀਂ ਕਿਹਨੂੰ ਡੰਗਰਾਂ ਲੈ ਕੇ ਜਾਂਦੇ ਘਰੇ ਕੋਈ ਨਹੀਂ ਲੈ ਕੇ ਲੈ ਜਾਂਦੇ ਦੇਖੋ ਜੀ ਇਹਦੇ ਹੱਥ ਦਾ ਦੇਖੋ ਤੁਸੀਂ ਹੱਥਾਂ ਦਾ ਹਾਲ ਦੇਖੋ ਜੀ ਤੂੰ ਪਹਿਲਾਂ ਗਲੇ ਗਲੇ ਹੋਏ ਸੀਗੇ ਜੀ ਦੇਖੋ ਇਹਦੇ ਵਿਚਾਰੇ ਦੇ ਹੱਥਾਂ ਦੇ ਵਿੱਚ ਕਿੱਡੇ ਕਿੱਡੇ ਟੱਕ ਪਏ ਹੋਏ ਆ ਇਹਦੇ ਵਿੱਚ ਗੋਹਾ ਫਸਿਆ ਹੋਇਆ ਜੀ ਵਿੱਚ ਆ ਦੇਖੋ ਜੀ ਇਹਦੇ ਹੱਥਾਂ ਦੇ ਨੌ ਉਂਗਲ ਕਿੱਦਾਂ ਕੱਟੇ ਗਏ ਸ਼ਾਇਦ ਇਹਨਾਂ ਨੇ ਕੋਈ ਇਹਨਾਂ ਨੇ ਕੱਟੀ ਹੋਵੇ ਵੀ ਨਹੀਂ ਪਤਾ ਜੀ ਹਜੇ ਆ ਦੇਖੋ ਕੂਹਣੀਆਂ ਦੇ ਵਿੱਚ ਉਹਦੇ ਕਿੱਦਾਂ ਆਹ ਹੋਇਆ ਹੋਇਆ ਆ ਤਾਂ ਜਾਨੀ ਕਿ ਉੱਤੇ ਮੱਖੀਆਂ ਬੈਠ ਰਹੀਆਂ ਮਿੱਟੀ ਨਾਲ ਭਰਿਆ ਹੋਇਆ ਜੀ ਉੱਥੇ ਗੰਦੀ ਹਾਲਤ ਦੇ ਵਿੱਚ ਬੈਠਾ ਉਹ ਜੀ ਪੈਰਾਂ ਦਾ ਉਹਦੇ ਹਾਲ ਦੇਖੋ ਜੀ ਬਾਈ ਰੋਲਦੂ ਬਾਈ ਜੀ ਤੇ ਆ ਪਿੱਛੇ ਤੁਹਾਡੇ ਜੀ ਕੁਲਵੀਰ ਬਾਈ ਜੀ ਖੜੇ ਨੇ ਸਾਬਕਾ ਸਰਪੰਚ ਭੈਰੋ ਮੁੰਨਾ ਤੋਂ ਜੀ ਤੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਸਾਨੂੰ ਪਤਾ ਲੱਗਿਆ ਸੀ ਵੀ ਇੱਥੇ ਇਹਨਾਂ ਨੇ ਇੱਕ ਬੰਦਾ ਗੁਲਾਮ ਬਣਾ ਕੇ ਰੱਖਿਆ ਹੋਇਆ ਉਹ ਕੰਮ ਕਰਾਉਂਦੇ ਆ ਜੀ ਤੇ ਬੜੀ ਜਾਨੀ ਕਿ ਕਹਿ ਸਕਦੇ ਹਾਂ ਤਰਸਯੋਗ ਹਾਲਤ ਦੇ ਵਿੱਚ ਬੰਦਾ ਰਹਿ ਰਿਹਾ ਵਿਚਾਰਾ ਜੀ ਤੇ ਇਹਨੂੰ ਕੁੱਤਿਆਂ ਵਾਂਗੂ ਕੰਮ ਕਰਾਇਆ ਜਾ ਰਿਹਾ ਜੀ ਇਹਨਾਂ ਨੂੰ ਕੱਲ੍ਹ ਪਤਾ ਲੱਗ ਗਿਆ ਸੀ ਕਿਸੇ ਤਰੀਕੇ ਵੀ ਕੋਈ ਆ ਰਿਹਾ ਇਹਨਾਂ ਨੂੰ ਲੈਣ ਸੰਸਥਾ ਵਾਲੇ ਤਾਂ ਇਹਨਾਂ ਨੇ ਇਹਨੇ ਕੱਪੜੇ ਥੋੜ੍ਹੇ ਪਾਏ ਨਵਾਇਆ ਥੋੜ੍ਹਾ ਬਹੁਤਾ ਹੱਥ ਸਾਫ਼ ਕੀਤੇ ਹੋਇਆ ਇਸ ਤੋਂ ਪਹਿਲਾਂ ਤਾਂ ਜਾਨੀ ਕਿ ਬੰਦੇ ਦੱਸਦੇ ਬਹੁਤ ਬੁਰਾ ਹਾਲ ਹੁੰਦਾ ਸੀ ਇਹਦਾ ਜੀ ਤੇ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਇੱਦਾਂ ਗੁੱਜਰਾਂ ਦੇ ਕੋਈ ਵਾੜੇ ਆ ਅਸੀਂ ਸਾਰੇ ਗੁੱਜਰਾਂ ਨੂੰ ਮਾੜੇ ਨਹੀਂ ਕਹਿੰਦੇ ਗੇ ਪਰ ਫਿਰ ਵੀ ਚੈੱਕ ਜ਼ਰੂਰ ਕਰਿਆ ਕਰੋ ਵੀ ਕੋਈ ਵੀਰ ਇੱਦਾਂ ਦੇ ਹਾਲਾਤ ਦੇ ਵਿੱਚ ਜੇ ਉਹਨਾਂ ਕੋਲ ਰਹਿ ਰਿਹਾ ਜਿਹੜਾ ਉਹਨਾਂ ਦਾ ਆਪਦਾ ਬੱਚਾ ਨਹੀਂ ਹੈਗਾ ਤਾਂ ਉਹਨਾਂ ਦੀ ਪੁੱਛ ਪੜਤਾਲ ਜ਼ਰੂਰ ਕਰਿਆ ਕਰੋ ਇਨਸਾਨੀਅਤ ਦਾ ਘਾਣ ਐਡਾ ਵੱਡਾ ਹੋ ਰਿਹਾ ਜੀ ਅਤੇ ਹੋਣਾ ਨਹੀਂ ਚਾਹੀਦਾ ਜੀ ਬੜੀ ਮਾੜੀ ਗੱਲ ਹੈ ਜੀ ਸਾਡੀ ਸੰਸਥਾ ਅਸੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਤੋਂ ਆਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਅਤੇ ਅਸੀਂ ਹੁਣ ਇਹਨੂੰ ਆਪਦੇ ਸੰਸਥਾ 'ਤੇ ਲੈ ਕੇ ਜਾ ਰਹੇ ਹਾਂ ਜੀ ਸਰਪੰਚ ਸਾਹਿਬ ਉਹਨਾਂ ਦੀ ਮੌਜੂਦਗੀ ਦੇ ਵਿੱਚ ਸਾਬਕਾ ਸਰਪੰਚ ਵੀ ਖੜ੍ਹੇ ਅਤੇ ਮੌਜੂਦਾ ਸਰਪੰਚ ਵੀ ਖੜ੍ਹੇ ਆ ਜੀ ਆਹ ਬਾਈ ਜੀ ਗੁਆਂਢੀ ਆ ਜੀ ਇਹਨਾਂ ਦਾ ਸਾਹਮਣੇ ਘਰ ਆ ਜੀ ਅਤੇ ਬਾਈ ਜੀ ਤੁਹਾਡਾ ਕੀ ਨਾਂ ਜੀ ਮੈਨੂੰ ਮਹੰਤ ਜੋਗਿੰਦਰ ਦਾਸ ਮਹੰਤ ਜੋਗਿੰਦਰ ਦਾਸ ਜੀ ਆ ਜੀ ਇਹਨਾਂ ਦੇ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਕੇ ਚੱਲੇ ਹਾਂ ਜੀ ਬੜੀ ਮਾੜੀ ਹਾਲਤ ਦੇ ਵਿੱਚ ਵਿਚਾਰਾ ਰਹਿ ਰਿਹਾ ਜੀ ਸਭ ਕੁਛ ਬੋਲਦਾ ਜੀ ਇਹ ਅਤੇ ਸਭ ਦੱਸ ਰਿਹਾ ਇਹਨੂੰ ਐਡਰੈਸ ਵੀ ਪਤਾ ਆਪਦਾ ਨਾਮ ਵੀ ਪਤਾ ਜਤਿੰਦਰ ਨਾਮ ਦੱਸਦਾ ਬਿਹਾਰ ਤੋਂ ਦੱਸਦਾ ਇਹ ਆਪਦਾ ਫੋਨ ਨੰਬਰ ਆ ਕੋਈ ਨਹੀਂ ਭਾਈ ਜੀ ਤੇ ਬਾਕੀ ਅਸੀਂ ਜੋ ਵੀ ਹੈਗੀ ਇਹਦੀ ਪੜਤਾਲ ਕਰਾਂਗੇ ਜੀ ਸੰਗਤਾਂ ਨੂੰ ਬੇਨਤੀ ਹੈ ਜੇ ਕੋਈ ਬੰਦਾ ਇਹਨਾਂ ਨੂੰ ਪਛਾਣਦਾ ਹੋਵੇ ਜਾਂ ਕੋਈ ਇਹਨਾਂ ਨੂੰ ਮਾੜਾ ਮੋਟਾ ਕਿਸੇ ਨੇ ਦੇਖਿਆ ਹੋਵੇ ਵੀ ਕਿੱਥੋਂ ਹੈ ਕਿਵੇਂ ਆ ਤਾਂ ਸਾਡੇ ਨੰਬਰ ਦਿੱਤੇ ਹੋਏ ਪੇਜ ਦੇ ਉੱਤੇ ਉਹਨਾਂ ਦੇ ਸੰਪਰਕ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਬੈਠ ਗੱਡੀ 'ਚ ਚਲੋ